ਬਾਹਰਲੇ ਮੁਲਕਾਂ ਤੋਂ ਨਿਊਜ਼ੀਲੈਂਡ ਵਾਪਸ ਪਰਤ ਰਹੇ ਨਿਊਜ਼ੀਲੈਂਡ ਵਾਸੀ ਵਾਪਸ ਆਉਣ ਲਈ ਨਿਰਧਾਰਿਤ ਕੀਤੇ ਗਏ ਪ੍ਰੋਸੈਸ ਤੋਂ ਪਰੇਸ਼ਾਨ ਨੇ। ਲੋਕ ਤਕਨੀਕੀ ਖਾਮੀਆਂ, ਅਨਿਸ਼ਚਿਤਤਾ ਅਤੇ ਬੇਫਸੂਲ ਤਣਾਅ ਦੀ ਸ਼ਿਕਾਇਤ ਕਰ ਰਹੇ ਨੇ। ਵਾਪਸ ਪਰਤਣ ਲਈ ਤੈਅ ਕੀਤੇ ਗਏ ਟਰੈਵਲਰ ਡਿਕਲੇਰੇਸ਼ਨ ਸਿਸਟਮ ਵਿੱਚ ਯਾਤਰੀਆਂ ਨੂੰ ਕੋਰੋਨਾ ਸੰਬੰਧੀ ਜਾਣਕਾਰੀ ਦੇਣੀ ਹੁੰਦੀ ਹੈ, ਜਿਸ ਵਿੱਚ ਉਹਨਾਂ ਦਾ ਵੈਕਸੀਨੇਸ਼ਨ ਸਟੇਟਸ, ਪ੍ਰੀ ਡਿਪਾਰਚਰ ਟੈਸਟ ਦੇ ਨਤੀਜੇ ਆਦਿ ਸ਼ਾਮਿਲ ਹੁੰਦੇ ਨੇ। ਇਹ ਯਾਤਰੀਆਂ ਦੀ ਯਾਤਰਾ ਨੂੰ ਸੁਖਾਲਾ ਕਰਨ ਲਈ ਬਣਾਇਆ ਗਿਆ ਸੀ, ਪਰ ਅਜਿਹੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਨੇ ਜਿਸ ਵਿੱਚ ਲੋਕਾਂ ਨੂੰ ਭਾਰੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਵਿੱਚ ਲੋਕ ਫਾਰਮ ਭਰਨ ਵਿੱਚ ਆ ਰਹੀ ਦਿੱਕਤ, ਨਵੇਂ ਨਿਯਮ ਸਮਝਣ ਵਿੱਚ ਤਕਲੀਫੀ ਆਦਿ ਦਿੱਕਤਾਂ ਨਾਲ ਜੂਝ ਰਹੇ ਨੇ। ਬਿਊਰੋ ਰਿਪੋਰਟ, NZ ਪੰਜਾਬੀ ਨਿਊਜ਼।